ਪੰਜਾਬ ਸਰਕਾਰ ਵੱਲੋਂ 8 ਪੈਸੇ ਤੋਂ ਲੈ ਕੇ 16 ਪੈਸੇ ਤੱਕ ਹਰ ਬੱਸ ਦਾ ਕਿਰਾਇਆ 1 ਕਿਲੋਮੀਟਰ ਦੇ ਉੱਤੇ ਘਟਾ ਦਿੱਤਾ ਗਿਆ ਵਾ। ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਲੋਕ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ? ਵੋਟਾਂ ਦਾ ਸ਼ੋਸ਼ਾ ਵਾ ਜਾਂ ਫਿਰ ਵਾਕਿਆ ਸਹੀ ਗੱਲ, ਕੀ ਕਹਿਣਾ ਚਾਹੁੰਦੇ ਜੀ? ਇਹ ਸਾਰਾ ਵੋਟਾਂ ਦਾ ਸਿਆਪਾ, ਸਾਰੇ ਸਿਆਪੇ ਮਾਸੀ ਦੇ ਵੋਟਾਂ ਦੇ। ਅੱਜ ਤੋਂ 2-3 ਸਾਲ ਹੋ ਗਏ ਆ ਸਰਕਾਰ ਨੂੰ ਬਣੇ ਨੂੰ ਜੀ, ਉਦੋਂ ਪਹਿਲਾਂ ਕੋਈ ਚੇਤਾ ਨਹੀਂ ਆਇਆ। ਹੁਣ ਵੈਸੇ ਤਾਂ ਗਰੀਬਾਂ ਨੂੰ ਸਹੂਲਤ ਵਾਸਤੇ ਠੀਕ ਆ, ਪਰ ਵੋਟਾਂ ਜਦੋਂ ਲੱਗੇ ਆਉਂਦੀਆਂ ਉਦੋਂ ਸਾਰੇ ਕੰਮ ਹੁੰਦੇ ਆ। ਠੀਕ ਠੀਕ। ਕੀ ਨਾਮ ਭਾਈ ਤੁਹਾਡਾ? ਰਵੀ ਸਿੰਘ ਜੀ। ਰਵੀ ਜੀ, ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰ ਨੇ ਕਰਾਇਆ? ਇਹ ਹੁਣ ਪਹਿਲਾਂ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ 2-3 ਸਾਲ ਪਹਿਲਾਂ ਅੱਗੇ ਹੋਈ ਤਾਂ ਕੋਈ ਗੱਲਬਾਤ ਨਹੀਂ ਹੋਈ, ਤਾਂ ਹੁਣ ਅੜ ਕੇ ਵੋਟਾਂ ਲੱਗ ਗਈਆਂ ਅਤੇ ਇਹਨਾਂ ਦਾ ਇਹ ਗੱਲ ਮਤਲਬ ਵੀ ਕਰ ਦਿੱਤੀ ਕਿ ਕਿਰਾਇਆ ਘਟਾਉਣ ਦਾ, ਅਤੇ ਬਸ ਇਹੀ ਗੱਲ ਹੈ ਕਿ ਵੋਟਾਂ ਦਾ ਹੀ ਇਹਨਾਂ ਦੇ ਵਿੱਚ ਮੇਨ ਮੁੱਦਾ। ਅਤੇ ਤੁਹਾਡਾ ਕੀ ਨਾਮ ਹੈ? ਮਨਜੀਤ ਸਿੰਘ। ਕੀ ਲੱਗਦਾ ਵਾ ਕਿ ਜਿਹੜੇ ਸਰਕਾਰਾਂ ਨੇ ਜਿਹੜਾ ਉਪਰਾਲਾ ਕੀਤਾ ਵਾ ਕਿੰਨਾ ਕੁ ਸਹੀ ਤੁਹਾਡੇ ਵਾਸਤੇ? ਮੇਰੇ ਵਾਸਤੇ ਇਹ ਗੱਲ ਵੀ ਵੋਟਾਂ ਆਉਣ ਦੇ ਕਰਕੇ ਇਹਨਾਂ ਕਿਰਾਇਆ ਜਿਹੜਾ ਘਟਾਇਆ ਵਾ। ਹਾਂਜੀ, ਫਾਇਦਾ ਕੋਈ ਜ਼ਿਆਦਾ ਹੋਣ ਵਾਲਾ ਵਾ ਤੁਹਾਨੂੰ? ਨਹੀਂ ਜੀ, ਕੋਈ ਫਾਇਦਾ ਨਹੀਂ। ਲੋਕਾਂ ਨਾਲ ਗੱਲਬਾਤ ਕੀਤੀ ਹੈ, ਲੋਕਾਂ ਦਾ ਕਹਿਣਾ ਕਿ ਕੁਛ ਖਾਸ ਫਾਇਦਾ ਨਹੀਂ ਹੋਏਗਾ? ਮੋਸਟਲੀ ਜਦੋਂ ਵੀ ਇਲੈਕਸ਼ਨ ਹੀ ਆਉਂਦੇ ਇਹਨਾਂ ਦੇ ਉਦੋਂ ਵੀ ਇੱਦਾਂ ਦੀ ਪੋਪੂਲੈਰਿਟੀ ਹੁੰਦੀ ਹੈ, ਕੁਛ ਨਾ ਕੁਛ ਸਕੀਮ ਦਿੰਦੇ ਆ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਆ ਵੈਸੇ ਤਾਂ, ਅਤੇ ਇਹਦਾ ਕੋਈ ਖਾਸ ਬੈਨੀਫਿਟ ਨਹੀਂ ਹੈਗਾ ਉਹਨਾਂ ਨੂੰ ਕੁਛ, ਮਤਲਬ ਕਿ ਯੂਥ ਦੇ ਕੋਈ ਹੋਰ ਸੋਸ਼ਲ ਇਸ਼ੂ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਛੋਟੇ ਮੋਟੇ ਚੀਜ਼ਾਂ ਨੂੰ ਕੀ ਬੈਨੀਫਿਟ ਹੋਏਗਾ? ਸਿਰਫ ਛੋਟੀ ਸਕੀਮ ਸ਼ੁਰੂ ਕਰ ਦਿੱਤੀ ਅਤੇ ਅਸੀਂ ਲੋਕਾਂ ਨੂੰ ਬੜਾ ਵਧੀਆ ਬੈਨੀਫਿਟ ਦੇਣ ਦੇ ਤਾਂ ਕੋਈ ਖਾਸ ਬੈਨੀਫਿਟ ਨਹੀਂ ਹੋਏਗਾ। ਭਾਅ ਜੀ, ਇੱਦਾਂ ਹੈ ਕਿ ਸਰਕਾਰ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਇਹਨਾਂ ਨੂੰ ਉਦੋਂ ਇਹ ਸੋਚਦੇ ਜਨਤਾ ਬਾਰੇ ਕਿ ਆਪਾਂ ਜਿਹੜਾ ਕਿ ਕਿਰਾਇਆ ਘਟਾ ਦਿੱਤਾ ਜਾਵੇ, ਕਿਉਂਕਿ ਇਹ ਇਲੈਕਸ਼ਨਾਂ ਦੇ ਕਰਕੇ ਹੁੰਦਾ ਭਾਅ ਜੀ, ਇਹ ਸ਼ੋਸ਼ੇਬਾਜ਼ੀ ਹੁੰਦੀ ਆ, ਜ਼ਿਆਦਾ ਦੇਰ ਤੱਕ ਟਿਕਟ ਆਉਣੀ, ਇਲੈਕਸ਼ਨ ਜਦੋਂ ਖਤਮ ਹੋ ਜਾਂਦੇ ਨੇ ਫਿਰ ਭਾਅ ਜੀ ਇਹ ਕਿਰਾਇਆ ਵਧਾ ਦਿੰਦੇ ਨੇ। ਇੱਦਾਂ ਹੈ ਕਿ ਪਹਿਲਾਂ 10-8 ਪੈਸੇ ਘੱਟ ਕਰਦੇ ਨੇ, ਉਸ ਤੋਂ ਬਾਅਦ ਇਹ 2 ਗੁਣਾ ਜ਼ਿਆਦਾ ਕਰ ਦਿੰਦੇ ਨੇ ਪੈਸਾ। ਗੱਲਬਾਤ ਲੋਕਾਂ ਨਾਲ ਕੀਤੀ ਹੈ ਕਿਉਂਕਿ ਲੋਕਾਂ ਨੂੰ ਸਰਕਾਰਾਂ ਉੱਤੇ ਵਿਸ਼ਵਾਸ ਨਹੀਂ ਰਹਿ ਗਿਆ, ਸਰਕਾਰਾਂ ਹਮੇਸ਼ਾ ਇਹ ਲੋਕਾਂ ਨੂੰ ਧੋਖੇ ਵਿੱਚ ਰੱਖਦੀਆਂ ਵਾ। ਜੇ ਥੋੜ੍ਹਾ ਕਿਰਾਇਆ ਘਟਾ ਦਿੱਤਾ ਵਾ ਤਾਂ ਉਸ ਤੋਂ ਬਾਅਦ ਡਬਲ ਰਫ਼ਤਾਰ ਦੇ ਨਾਲ ਵਧਾ ਵੀ ਦਿੱਤਾ ਜਾਏਗਾ, ਇਸ ਕਰਕੇ ਲੋਕ ਵੀ ਬੋਲਣਾ ਸਹੀ ਨਹੀਂ ਸਮਝਦੇ, ਸਰਕਾਰਾਂ ਉੱਤੇ ਹੱਸਣਾ ਹੀ ਸਹੀ ਸਮਝਦੇ ਨੇ। ਕੈਮਰਾਮੈਨ ਮੁਕੇਸ਼ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਅੰਮ੍ਰਿਤਸਰ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਊਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।